ਸੋ ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਜੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ MCQਸ ਕਵਰ ਕਰਨ ਜਾ ਰਹੇ ਹਾਂ ETT ਦੀ ਫਾਈਨਲ ਰਿਵੀਜ਼ਨ ਵਾਸਤੇ ਤੇ ਇਹ ਸੈਕਿੰਡ ਪਾਰਟ ਹੈ ਵੀਡੀਓ ਦਾ ਇਸ ਤੋਂ ਪਹਿਲਾਂ ਫਰਸਟ ਪਾਰਟ ਦੇ ਵਿੱਚ 50 ਕੁਐਸ਼ਨਸ ਕਵਰ ਹੋ ਚੁੱਕੇ ਨੇ ਸੋ ਇਸ ਪਾਰਟ ਦੇ ਵਿੱਚ ਮੈਂ 90 ਕੁਐਸ਼ਨਸ ਕਵਰ ਕਰੂੰਗੀ ਤੇ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਵਰ ਕਰਨ ਦੀ ਸੋ ਅਗਰ ਤੁਸੀਂ ਫਰਸਟ ਪਾਰਟ ਹਲੇ ਨਹੀਂ ਦੇਖਿਆ ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ ਤੇ ਜੀ ਇਹ ਵਾਲੇ ਇਕੁਏਸ਼ਨਸ ਜੁਨੇ ਕਾਫੀ ਇੰਪੋਰਟੈਂਟ ਨੇ ਕਿਉਂਕਿ ਸਾਰੇ ਮਿਕਸ ਕੁਐਸ਼ਨਸ ਨੇ ਸੋ ਸਟਾਰਟ ਕਰਦੇ ਆ ਤੋ ਜੀ ਇਸ ਵੀਡੀਓ ਦਾ ਪਹਿਲਾ ਕੁਐਸਚਨ ਹੈ ਮੁੰਡੇ ਦੇ ਜਨਮ ਤੇ ਨਹਾਉਣ ਵਾਲਾ ਝੱਜਰ ਕੌਣ ਲੈ ਕੇ ਆਉਂਦਾ ਹੈ ਨਾਈ ਤਰਖਾਨ ਮੋਚੀ কুমਹਾਰ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਉਹ ਹੈ কুমਹਾਰ ਅਗਲਾ ਪ੍ਰਸ਼ਨ ਹੈ ਜੀ ਛੂਚਾ ਕਿੰਨਾ ਵੱਲੋਂ ਭੇਜਿਆ ਜਾਂਦਾ ਰਿਵਾਜ ਹੈ ਦਾਦਕੇ ਵੱਲੋਂ ਚਾਚੇਆ ਵੱਲੋਂ ਨਾਨਕਿਆਂ ਵੱਲੋਂ ਤਾਇਆ ਵੱਲੋਂ ਤਾਂ ਜੀ ਛੂਚਕ ਜੋ ਹੈ ਉਹ ਨਾਨਕਿਆਂ ਵੱਲੋਂ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਧੀ ਜੰਮ ਦੀ ਤਾਂ ਮਾਪਿਆਂ ਦੇ ਪਾ ਦਾ ਕੀ ਡਿੱਗ ਪੈਂਦਾ ਸੀ ਤਾਂ ਇਹ ਪੁਰਾਣੀ ਜਿਵੇਂ ਵਿਚਾਰ ਹੁੰਦੇ ਸੀ ਤਾਂ ਜੀ ਦਰਖਤ ਪਹਾੜ ਘਰ ਬਿਜਲੀ ਤਾਂ ਇਹਦਾ ਸਹੀ ਉੱਤਰ ਹੈ ਪਹਾੜ ਪਹਾੜ ਡਿੱਗ ਪੈਣਾ ਦਾ ਭਾਵ ਹੁੰਦਾ ਹੈ ਮੁਸੀਬਤ ਦਾ ਆਉਣਾ ਤਾਂ ਜੀ ਜਿਵੇਂ ਅੱਗੇ ਪੁਰਾਣੇ ਵਿਚਾਰ ਹੁੰਦੇ ਸੀ ਕਿ ਜਿਵੇਂ ਧੀਆਂ ਨੂੰ ਮੁਸੀਬਤ ਸਮਝਿਆ ਜਾਂਦਾ ਹੁੰਦਾ ਸੀ ਸੋ ਉਸ ਕਰਕੇ ਇਦਾਂ ਦੀਆਂ ਅਖੌਤਾਂ ਜਿਉਂ ਨੇ ਕਹਾਵਤਾਂ ਜਿਉਂ ਨੇ ਪ੍ਰਚਲਿਤ ਹੋ ਗਏ ਅਗਲਾ ਪ੍ਰਸ਼ਨ ਹੈ ਜੀ ਵਿਆਹ ਦੀਆਂ ਰਸਮਾਂ ਦੀ ਲੜੀ ਅਧੀਨ ਪਹਿਲੀ ਰਸਮ ਕਿਹੜੀ ਹੁੰਦੀ ਹੈ ਨੌਨ ਦੀ ਰੋਕਣ ਜਾਂ ਠਾਕਨ ਦੀ ਮੁੰਡਨ ਦੀ ਜਨੇਊ ਦੀ ਤਾਂ ਜੀ ਪਹਿਲੀ ਰਸਮ ਜੋ ਹੁੰਦੀ ਹੈ ਰੋਕਣ ਚ ਠਾਕਣ ਦੀ ਹੁੰਦੀ ਹੈ ਵਿਆਹ ਦੀ ਰਸਮਾਂ ਦੀ ਲੜੀ ਦੇ ਅੰਦੀਨ ਨੌਣ ਦੀ ਮੁੰਡਣ ਦੀ ਜਨੇਊ ਦੀ ਇਹ ਵਾਲੀਆਂ ਜਿਹੜੀਆਂ ਸਾਰੀਆਂ ਰਸਮਾਂ ਨੇ ਇਹ ਵਾਲੀਆਂ ਰਸਮਾਂ ਜੀ ਜਨਮ ਦੇ ਸਮੇਂ ਦੀਆਂ ਹੁੰਦੀਆਂ ਨੇ ਹੁਣ ਰੋਕਣ ਜਾਂ ਠਾਕਣ ਕਈਆਂ ਖਿੱਤਿਆਂ ਦੇ ਵਿੱਚ ਰੋਕਾ ਵੀ ਕਿਹਾ ਜਾਂਦਾ ਠਾਕਾ ਵੀ ਕਿਹਾ ਜਾਂਦਾ ਸੋ ਇਹ ਵਿਆਹ ਦੀ ਰਸਮ ਦੇ ਵਿੱਚ ਪਹਿਲੀ ਰਸਮ ਜੋ ਹੈ ਉਹ ਹੈ ਅਗਲਾ ਕੁਐਸਚਨ ਹੈ ਜੀ ਸਾਹੀ ਦੀ ਚਿੱਠੀ ਕਿੰਨਾ ਵੱਲੋਂ ਭੇਜੀ ਜਾਂਦੀ ਹੈ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਵੱਲੋਂ ਵਿਚੋਲਿਆਂ ਵੱਲੋਂ ਨਾਈਆਂ ਵੱਲੋਂ ਤਾਂ ਜੀ ਸਾਹੀ ਚਿੱਠੀ ਜੋ ਹੈ ਉਹ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ ਜਿਦੇ ਵਿੱਚ ਸਾਰੀਆਂ ਜਿਵੇਂ ਮੰਨ ਲਓ ਡਿਟੇਲਸ ਹੁੰਦੀਆਂ ਨੇ ਵਿਆਹ ਦੀਆਂ ਤੇ ਅੱਗੇ ਇਹ ਪਿੰਡਾਂ ਦੇ ਜੋ ਹੁੰਦੇ ਸੀ ਉਥੋਂ ਨਾਈ ਲੈ ਕੇ ਜਾਂਦੇ ਹੁੰਦੇ ਸੀਗੇ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਦੇ ਘਰੇ ਬਟ ਹੁਣ ਇਹ ਕੰਮ ਜੋ ਹੈ ਉਹ ਚੋਲੇ ਕਰਦੇ ਨੇ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਨਾਨਕੇ ਛੱਕ ਦੀ ਤਿਆਰੀ ਕੌਣ ਕਰਦਾ ਹੈ ਚਾਚੇ ਤਾਏ ਦਾਦਕੇ ਨਾਨਕੇ ਤਾਂ ਨਾਮ ਤੋਂ ਹੀ ਪਤਾ ਚੱਲ ਰਿਹਾ ਨਾਨਕੇ ਕਰਦੇ ਨੇ ਮੁੰਡੇ ਨੂੰ ਨਹਾ ਕੇ ਕਿਸ ਦੀ ਲਿਆਂਦੀ ਪੋਸ਼ਾਕ ਚੋਹੇ ਪਹਿਨਾਈ ਜਾਂਦੀ ਹੈ ਚਾਚੇ ਦੀ ਤਾਈ ਦੀ ਮਾਸੜ ਦੀ ਮਾਮੇ ਦੀ ਤਾਂ ਜੀ ਇਹ ਨਾਨਕੇ ਅੰਦਰ ਰੋਲ ਜੋ ਹੈ ਬਹੁਤ ਜ਼ਿਆਦਾ ਹੁੰਦਾ ਮਾਮੇ ਦੀ ਲਿਆਂਦੀ ਪੋਸ਼ਾਕ ਪਹਿਨਾਈ ਜਾਂਦੀ ਹੈ ਸੁਰਮਾ ਪੋਈ ਕੌਣ ਲੈਂਦਾ ਹੈ ਤਾਂ ਜੀ ਉਹ ਉੱਪਰ ਜਾਈ ਲੈਂਦੀ ਹੈ ਸਿੰਘ ਸਭਾ ਲਹਿਰ ਨੇ ਕਿਹੜੀ ਰੀਤ ਦਾ ਪ੍ਰਚਾਰ ਕੀਤਾ ਕੁੜੀ ਦੇ ਆਨੰਦਕਾਰ ਚ ਦੀ ਮੰਗਣੀ ਦੇ ਵਟਨੇ ਦੀ ਤਾਂ ਜੀ ਆਨੰਦ ਕਾਰਜ ਦੀ ਰਸਮ ਦਾ ਪ੍ਰਚਾਰ ਕੀਤਾ ਸੀ ਇਹਨਾਂ ਨੇ ਵਿਆਹ ਤੋਂ ਦੂਜੇ ਦਿਨ ਲਾੜਾ ਤੇ ਵੋਟੇ ਕਿਸ ਦੀ ਪੂਜਾ ਲਈ ਕਿੱਥੇ ਜਾਂਦੇ ਨੇ ਪਿੱਤਰਾਂ ਸ਼ਹੀਦਾਂ ਦਾ ਜਾਂ ਤੁਲਸੀ ਦੇ ਬੂਟੇ ਦੀ ਮੰਦਰ ਵਿੱਚ ਨਾਨਕੇ ਘਰ ਪੰਚਾਇਤ ਕਰਦਾ ਪੰਚਾਇਤ ਕਰਦਾ ਚਲੋ ਕਿਉਂ ਜਾਂਦਾ ਹੁੰਦਾ ਨੇ ਪਿੱਤਰਾਂ ਸ਼ਹੀਦਾਂ ਦਾ ਜਾਂ ਤੁਲਸੀ ਦੇ ਬੂਟੇ ਦੀ ਸੋ ਜੀ ਇਹ ਅਕੋਰਡਿੰਗ ਟੂ ਜਿਵੇਂ ਜੋ ਵੀ ਕਮਿਊਨਿਟੀਜ਼ ਹੁੰਦੀਆਂ ਨੇ ਲਾਈਕ ਹਿੰਦੂ ਨੇ ਉਹ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਨੇ ਠੀਕ ਹੈ ਜੀ ਬਾਕੀ ਨੇ ਜਿਵੇਂ ਕੁਝ ਲੋਕ ਜਠੇਰਿਆਂ ਤੇ ਜਾਂਦੇ ਨੇ ਕੁਝ ਪਿੱਤਰਾਂ ਦੀ ਜਾਂਦੇ ਨੇ ਸੋ ਊੜਾ ਜੋ ਹੈ ਇਹ ਤਾਂ ਸਹੀ ਆਪਸ਼ਨ ਹੈ ਅਗਲਾ ਪ੍ਰਸ਼ਨ ਹੈ ਜੀ ਕਿ ਤੀਜੇ ਦਿਨ ਵਾਟਿੰਗ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਕੀ ਦਿਖਾਇਆ ਜਾਂਦਾ ਹੈ ਦਿਖਾਵਾ ਦੀਵਾ ਚਰਖਾ ਸੋਹਾਗ ਜੋੜਾਤਾ ਜੀ ਦਿਖਾਵਾ ਵਖਾਲਾ ਵੀ ਕਿਹਾ ਜਾਂਦਾ ਉਹਨੂੰ ਬਹੁਤ ਹੀ ਛੋਟੀ ਨਾਨਨ ਪੇਟੀ ਖੁਲਾਈ ਦਾ ਕੀ ਲੈਂਦੀ ਹੈ ਤਾਂ ਜੀ ਮਨਪੌਂਦਾ ਸੂਟ ਲੈਂਦੀ ਹੈ ਵਿਅਕਤੀ ਦੇ ਮਰਨ ਤੋਂ ਬਾਅਦ ਔਰਤਾਂ ਕੀ ਕਰਦੀਆਂ ਹਨ ਤਾਂ ਜੀ ਉਹ ਦੁੱਖ ਦਾ ਪ੍ਰਗਟਾਵਾ ਕਰਦੀਆਂ ਨੇ ਵੈਣ ਪਾਉਂਦੀਆਂ ਨੇ ਤੇ ਵੈਣ ਜੋ ਹੈ ਉਹ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਆ ਕਿ ਜਿਵੇਂ ਆਪਣੇ ਲੋਕ ਪਰੰਪਰਾ ਦਾ ਹਿੱਸਾ ਹੈ ਸੱਭਿਆਚਾਰ ਦਾ ਹਿੱਸਾ ਹੈ ਮਿਰਤਕ ਦੀ ਅਰਥੀ ਲਈ ਕਿਹੜੀ ਲੱਕੜ ਵਰਤੀ ਜਾਂਦੀ ਹੈ ਅੰਬ ਦੀ ਸ਼੍ਰੇਣੀ ਦੀ ਕਿੱਕਰ ਦੀ ਬਾਸ ਜਾਂ ਜੰਬੇਰੀ ਦੀ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਉਹ ਹੈ ਬਾਸ ਜਾਂ ਜੰਬੇਰੀ ਦੀ ਮਿਰਤਕ ਦੀ ਚਿਖਾ ਨੂੰ ਲੰਬੂ ਕੌਣ ਲਾਉਂਦਾ ਹੈ ਤੀ ਵੱਡਾ ਪੁੱਤਰ ਪਤਨੀ ਉਸ ਦਾ ਚਾਚਾ ਤਾਂ ਜੀ ਅਗਰ ਆਪਾਂ ਟ੍ਰੈਡੀਸ਼ਨ ਅਕੋਰਡਿੰਗ ਵੇ ਖੇਤਾਏ ਵੱਡੇ ਪੁੱਤਰ ਦਾ ਜੋ ਹੈ ਮਤਲਬ ਰਾਈਟ ਹੁੰਦਾ ਉਹ ਮਰ ਤੱਕ ਦੀ ਜੇਖਾ ਨੂੰ ਅੱਗ ਲਾਉਂਦਾ ਹੈ ਮੁਰਦੇ ਨਾਲ ਸੰਬੰਧ ਤੋੜਨ ਵਜੋਂ ਸਾਰੇ ਆਦਮੀ ਕੀ ਤੋੜਦੇ ਹਨ ਬੂਟਾ ਡੱਕਾ ਜਾਂ ਕੰਡਾ ਫੱਟਾ ਘੜਾ ਤਾਂ ਜੀ ਇਹਦਾ ਸਹੀ ਉੱਤਰ ਹੈ ਡੱਕਾ ਜਾਂ ਕੰਡਾ ਮੁਰਦੇ ਦੇ ਫੁੱਲਾਂ ਨੂੰ ਕਿੱਥੇ ਜਲ ਪ੍ਰਵਾਹ ਕੀਤਾ ਜਾਂਦਾ ਹੈ ਤਾਂ ਜੀ ਹਰਦੁਆਰ ਜਾਂ ਗਿਰਦਪੁਰ ਸਾਹਿਬ ਪਾਈਚਾਰ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਪਿਤਾ ਦੇ ਵਾਰਸ ਹੋ ਜੋ ਸਿਰ ਉੱਤੇ ਕੀ ਬੰਨਦਾ ਹੈ ਤਾਂ ਜੀ ਉਹ ਉਨਪਾਗ ਬੰਨਣੀ ਕਿਹਾ ਜਾਂਦਾ ਸੋ ਇਹਦਾ ਸਹੀ ਉੱਤਰ ਜੋ ਹੈ ਈਡੀ ਹੈ ਇਸਦਾ ਮਤਲਬ ਇਹ ਹੁੰਦਾ ਕਿ ਜਵੇਂ ਘਰ ਦੀ ਸਾਰੀ ਜ਼ਿੰਮੇਵਾਰੀ ਉਸਤੇ ਆ ਜਾਂਦੀ ਹੈ ਮੁਸਲਿਮ ਭਾਈਚਾਰੇ ਵਿੱਚ ਮਰਤਕ ਦੇਨ ਨੂੰ ਅਗਨ ਭੇਟ ਕਰਨ ਦੀ ਥਾਂ ਕੀ ਕੀਤਾ ਜਾਂਦਾ ਹੈ ਤਾਂ ਉਸਨੂੰ ਦਫਨਾਇਆ ਜਾਂਦਾ ਹੈ ਖੇਡਾਂ ਨੇ ਜੀ ਖੇਡਾਂ ਦਾ ਮਨੁੱਖੀ ਜੀਵਨ ਨਾਲ ਕਿਹੋ ਜਿਹਾ ਸਬੰਧ ਹੈ ਤਾਂ ਜੀ ਡੂੰਗਾ ਸਬੰਧ ਹੈ ਖੇਡਾਂ ਦਾ ਮਨੁੱਖੀ ਜੀਵਨ ਦੇ ਨਾਲ ਮੁੰਡੇ ਕੁੜੀਆਂ ਦਾ ਬਚਪਨ ਕਿਸ ਤਰ੍ਹਾਂ ਬੀਤਦਾ ਹੈ ਤਾਂ ਜੀ ਖੇਡਾਂ ਵਿੱਚ ਬੀਤਦਾ ਹੈ ਲੋਕ ਖੇਡਾਂ ਕਿਸ ਦੀ ਸਮੂਹੀ ਰਚਨਾ ਹੁੰਦੀਆਂ ਹਨ ਤਾਂ ਜੀ ਇਹ ਲੋਕ ਸਮੂਹ ਦੀ ਹੀ ਸਮੂਹੀ ਰਚਨਾ ਹੁੰਦੀਆਂ ਨੇ ਹਰੇਕ ਜਾਤੀ ਦੀਆਂ ਖੇਡਾਂ ਵਿੱਚ ਵੱਡਾ ਭਾਗ ਕਿਹੜੀਆਂ ਖੇਡਾਂ ਦਾ ਹੁੰਦਾ ਹੈ ਤਾਂ ਜੀ ਕਿਸੇ ਵੀ ਜਾਤੀ ਦੀ ਗੱਲ ਕਰ ਲੋ ਤਾਂ ਲੋਕ ਖੇਡਾਂ ਦਾ ਭਾਗ ਜੋ ਇਹ ਸਭ ਤੋਂ ਵੱਡਾ ਹੁੰਦਾ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਫਰਦਰ ਇਹ ਸਾਰੀਆਂ ਆਉਂਦੀਆਂ ਨੇ ਅੱਡੀ ਟੱਪਾ ਕਿੰਨਾ ਦੀ ਖੇਡ ਹੈ ਤਾਂ ਜੀ ਅੱਡੀ ਟੱਪਾ ਜੋ ਹੈ ਉਹ ਕੁੜੀਆਂ ਦੀ ਖੇਡ ਹੈ ਲੋਕ ਖੇਡਾਂ ਨੂੰ ਕਿਹੜੇ ਦੋ ਪ੍ਰਮੁੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਇਹੋ ਜਿਹਾ ਕੁਐਸਚਨ 'ਚ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿ ਕਿਹੜੇ ਉਹਨਾਂ ਨੇ ਕਿਹਾ ਵੰਡਿਆ ਨਹੀਂ ਜਾ ਸਕਦਾ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਉਹ ਆਪਣਾ ਆਊਗਾ ਸਮਾਜਿਕ ਸਿਆਸਤ ਵਿੱਚ ਮੈਨੂੰ ਇਹੀ ਸਹੀ ਆਨਸਰ ਇਹਦਾ ਲੱਗ ਰਿਹਾ ਹੈ ਤੇ ਉਸ ਤੋਂ ਬਾਅਦ ਜੀ ਅੱਗੇ ਹੈ ਪੁੱਗਨ ਦੇ ਗੀਤਾਂ ਦਾ ਰੂਪ ਕੀ ਹੁੰਦਾ ਹੈ ਗਜ਼ਲ ਬੋਲੀ ਛੰਦ ਸੇਠਣੀ ਤਾਂ ਜੀ ਇਹਦਾ ਸਹੀ ਉੱਤਰ ਹੈ ਬੋਲੀ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਣ ਵਾਲੀ ਕਿਹੜੀ ਖੇਡ ਹੈ ਕਿਨਮਿਨ ਕਾਣੀ ਕੌਣ ਕਿਨੇ ਆ ਬੰਦਰ ਕਿਲਾ ਅੰਡੇ ਚੜੱਪਾ ਕੁਸ਼ਤੀ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਉਹ ਹੈ ਕਿਨਮਿਨ ਕਾਣੀ ਕੌਣ ਕਿਨੇ ਯਾਨੀ ਕਿ ਊੜਾ ਇਹਦਾ ਸਹੀ ਉੱਤਰ ਹੈ 77ਵੇਂ ਪ੍ਰਸ਼ਨ ਦਾ 78 ਇਹ ਜੀ ਜੋਰਜਮਾਈ ਦੀ ਖੇਡ ਹੈ ਕੁਸ਼ਤੀ ਸੌਂਚੀ ਬੰਦਰਗੀਲਾ ਊੜਾ ਅਤੇ ਐੜਾ ਦੋਏ ਤਾਂ ਜੀ ਇਹਦਾ ਸਹੀ ਉੱਤਰ ਹੈ ਸ ਊੜਾ ਤੇ ਐੜਾ ਕੁਸ਼ਤੀ ਤੇ ਸੌਂਚੀ ਦੋਨੋਂ ਹੀ ਇਦਾਂ ਦੀਆਂ ਖੇਡਾਂ ਨੇ ਜੋਰਜਮਾਈਸ਼ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਕਿਹੜੀ ਖੇਡ ਮੇਲੇ ਦਾ ਲਾਜ਼ਮੀ ਅੰਗ ਹੁੰਦੀ ਹੈ ਤਾਂ ਜੀ ਕੋਈ ਵੀ ਪੰਜਾਬ ਦਾ ਮੇਲਾ ਹੋਵੇ ਉੱਤੇ ਕੁਸ਼ਤੀਆਂ ਦੇ ਜੋ ਮੁਕਾਬਲੇ ਨੇ ਜ਼ਰੂਰ ਕਰਾਈ ਜਾਂਦੇ ਨੇ ਅਗਲਾ ਕੁਐਸ਼ਨ ਹੈ ਜੀ ਪਕੜ ਦੇ ਅਭਿਆਸ ਵਾਲੀ ਕਿਸੇ ਇੱਕ ਖੇਡ ਦਾ ਨਾਮ ਲਿਖੋ ਤਾਂ ਜੀ ਪਕੜ ਦਾ ਅਗਰ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਅਭਿਆਸ ਜੋ ਹੈ ਉਹ ਕਬੱਡੀ ਦੀ ਖੇਡ ਵਿੱਚ ਹੁੰਦਾ ਹੈ ਸੋ ਸਸਾ ਇਹਦਾ ਸਹੀ ਉੱਤਰ ਹੈ ਉਸ ਤੋਂ ਬਾਅਦ ਹੈ ਜੀ ਕਿਹੜੀ ਲੋਕ ਖੇਡ ਬੌਕਸਿੰਗ ਨਾਲ ਮਿਲਦੀ ਜੁਲਦੀ ਹੈ ਤਾਂ ਜੀ ਬਹੁਤ ਸੌਖਾ ਪ੍ਰਸ਼ਨ ਹੈ ਕਿ ਕੁਸ਼ਤੀ ਜੋ ਹੈ ਉਹ ਬਾਕਸਿੰਗ ਦੇ ਨਾਲ ਮਿਲਦੀ ਜੁਲਦੀ ਹੈ ਅੱਡੇ ਟੱਪਾਂ ਨੂੰ ਕਿੰਨੀਆਂ ਟੋਲੀਆਂ ਬਣਾ ਕੇ ਖੇਡਦੇ ਹਨ 2 3 4 ਬਿਨਾਂ ਟੋਲੀਆਂ ਦੇ ਤਾਂ ਜੀ ਇਹਦਾ ਸਹੀ ਉੱਤਰ ਹੈ ਦੋ ਟੋਲੀਆਂ ਬਣਾ ਕੇ ਅਗਲਾ ਪ੍ਰਸ਼ਨ ਹੈ ਜੀ ਕਿ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ਤਾਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਅੱਟੀ ਛੜਪਾ ਜਾਂ ਕਿੱਕਲੀ ਵੀ ਅਗਰ ਆਪਸ਼ਨ ਹੋਵੇ ਤਾਂ ਉਹ ਵੀ ਲਾ ਸਕਦੇ ਹੋ ਸਰੀਰਕ ਖੇਡਾਂ ਦਾ ਨਾਮ ਦੱਸੋ ਤਾਂ ਜੀ ਸਰੀਰਕ ਖੇਡਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੁਗਦਰ ਬੁਰੀ ਝੁਕਣਾ ਉਂਗਲੀਆਂ ਫੇਰਨਾ ਇਹ ਸਾਰੀਆਂ ਹੀ ਸਰੀਰਕ ਖੇਡਾਂ ਨੇ ਤੇ ਸਾਰੀਆਂ ਹੀ ਪੁਰਾਣੀਆਂ ਖੇਡਾਂ ਨੇ ਹੁਣ ਇੰਨੀਆ ਪ੍ਰਚਲਿਤ ਨਹੀਂ ਹੈਗੀਆਂ ਬਟ ਹਲੇ ਵੀ ਕੋਈ ਤੁਸੀਂ ਰਵਾਇਤੀ ਮੇਲੇ ਦੇਖਦੇ ਹੋ ਤਾਂ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾਂ ਲੇਖ ਕਿਸ ਦਾ ਲਿਖਿਆ ਹੋਇਆ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਕਿਰਪਾਲ ਕਜਾਕ ਜੀ ਦਾ ਆਮ ਤੌਰ ਤੇ ਪੀੜੀਦਰ ਪੀੜੀ ਚੱਲਦੇ ਰਹਿੰਦੇ ਹਨ ਲੋਕ ਕਿੱਤੇ ਜੋ ਨੇ ਉਹ ਚੱਲਦੇ ਰਹਿੰਦੇ ਨੇ ਜੀ ਪੀੜੀਦਰ ਪੀੜੀ ਲੋਹੇ ਸੋਨੇ ਦਾ ਕਿੱਤਾ ਕਰਨ ਵਾਲੇ ਨੂੰ ਕੀ ਕਿਹਾ ਜਾਣ ਲੱਗਾ ਲੋਹਾਰ ਸੁਨਿਆਰ ਇਹ ਲੇ ਪ੍ਰਸ਼ਨ ਹੈ ਜੀ ਕਿੱਤਾ ਸ਼ਬਦ ਦਾ ਸੰਖੇਪ ਰੂਪ ਦੱਸੋ ਤਾਂ ਜੀ ਉਹਦਾ ਕਿੱਤੇ ਦਾ ਭਾਵ ਹੁੰਦਾ ਕਿਰਤ ਠੀਕ ਹੈ ਪੁਰਾਣੀ ਸਮਿਆਂ ਵਿੱਚ ਕੀਤਾ ਕਾਰ ਨੂੰ ਮਜ਼ਦੂਰੀ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਤਾਂ ਜੀ ਉਹ ਜਿੰਸ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਗਰਦਨਦਵਾਲੇ ਪਹਿਣਿਆ ਜਾਣ ਵਾਲਾ ਗਹਿਣਾ ਹੈ ਚੰਪਕਲੀ ਤਵੇਤ ਗਾਨੀ ਗੋਖੜ ਮਹੀਬੰਦ ਗਜਰੇ ਕਲੀ ਚੁੜੀ ਸੁੰਦਰੀ ਆਰਸੀ ਪिपल ਪੱਤੀਆਂ ਢੇਡੂ ਚੁੰਮਕੇ ਤਾਂ ਜੀ ਇਹ ਇਹਦਾ ਅਨਸਰ ਹੈ ਚੰਬਾਗਲੀ ਤ੍ਰੇਤ ਗਾਣੇ ਇਹ ਮੈਂ ਡਿਟੇਲ ਦੇ ਵਿੱਚ ਕਰਾਈ ਵੀ ਹੋਏ ਨੇ ਸਾਰੇ ਗਾਣੇ ਦੀ ਵੀਡੀਓ ਅਗਰ ਤੁਸੀਂ ਨਹੀਂ ਦੇਖੀ ਹੋਈ ਤਾਂ ਹੁਣੇ ਹੀ ਜਾ ਕੇ ਦੇਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਜੀ ਪੌਂਚੀ ਕੰਗਣ ਵੰਗਾ ਤੇ ਕਲਿਰੇ ਇਸਤਰੀਆਂ ਦੇ ਕਿੱਥੇ ਪਹਿਣ ਜਾਣ ਪਹਿਨੇ ਜਾਣ ਵਾਲੇ ਗਹਿਣੇ ਨੇ ਤਾਂ ਜੀ ਇਹਦਾ ਸਹੀ ਉੱਤਰ ਹੈ ਐਣਾ ਵਿਣੀ ਤੇ ਲੋਕਨਾਚ ਕੀ ਹੈ ਤਾਂ ਜੀ ਇਹ ਲੋਕਨਾਚ ਜੋ ਹੈ ਇੱਕ ਪ੍ਰਕਾਰ ਦੀ ਲੋਕ ਕਿਲਾ ਗਲਾ ਹੈ ਸੌਰੀ ਸੋ ਇਹਦਾ ਐਣਾ ਜੋ ਹੈ ਸਹੀ ਉੱਤਰ ਆਊਗਾ ਪੰਜਾਬ ਦੇ ਲੋਕਨਾਚ ਕਿਹੋ ਜੀ ਪ੍ਰਕਿਰਤੀ ਦੇ ਧਾਰਨੀ ਹਨ ਤਾਜੀ ਪੰਜਾਬ ਦੇ ਜੋ ਲੋਕ ਨਾਚ ਨੇ ਉਹ ਸਮਾਜਿਕ ਪ੍ਰਕਿਰਤੀ ਦੇ ਧਾਰਨੀ ਨੇ ਮੂਲ ਰੂਪ ਵਿੱਚ ਇਸਤਰੀ ਲੋਕ ਨਾਚ ਦਾ ਸਬੰਧ ਕਿਸ ਨਾਲ ਜੁੜਦਾ ਹੈ ਤਾਂ ਜੀ ਇਸਤਰੀ ਲੋਕ ਨਾਚਾਂ ਦੀ ਅਗਰ ਗੱਲ ਕਰੀਏ ਤਾਂ ਜੀ ਇਹਨਾਂ ਦਾ ਸਬੰਧ ਜੋ ਹੈ ਉਹ ਉਪਜਾਇਕਤਾ ਨਾਲ ਜੁੜਦਾ ਹੈ ਇੱਕ ਪੰਜਾਬਣ ਆਪਣੇ ਆਪ ਤੋਂ ਤੇ ਆਪਣੇ ਪਿੰਡ ਤੋਂ ਕਿਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੀ ਉਹ ਸਹੀ ਉੱਤਰ ਇਹਦਾ ਆਊਗਾ ਹਰਮਨ ਪਿਆਰਾ ਜੋ ਨਾਚ ਹੈ ਲੋਕ ਨਾਚ ਗਿੱਦੜਾ ਆਪਣੇ ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚ ਗਿੱਦੜੇ ਵਾਸਤੇ ਕੌਣ ਮੌਕੇ ਸਿਰਜ ਲੈਂਦੀਆਂ ਹਨ ਤਾਂ ਜੀ ਪੰਜਾਬਣਾਂ ਜੋ ਹੈ ਉਹਦਾ ਸਹੀ ਉੱਤਰ ਆਏਗਾ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਲਈ ਖਾਸ ਸਟੇਜ ਦੀ ਲੋੜ ਨਹੀਂ ਪੈਂਦੀ ਤਾਂ ਕਿੱ데 ਲਈ ਕਿਉਂਕਿ ਕਿੱ데 ਦਾ ਪੇੜ ਕਿਤੇ ਵੀ ਬੰਨਿਆ ਜਾ ਸਕਦਾ ਹੈ ਰਾਗ ਅਤੇ ਤਾਲ ਪੱਖੋਂ ਕਿਹੜਾ ਨਾਚ ਸੁਤੰਤਰਤਾ ਦਾ ਧਾਰਨੀ ਹੈ ਤਾਂ ਜੀ ਗਿੱਧਾ ਬਾਹਰ ਦੇ ਇਲਾਕਿਆਂ ਵਿੱਚ ਕਿਹੜਾ ਇਸਤਰੀ ਲੋਕ ਨਾਚ ਪ੍ਰਚਲਿਤ ਰਿਹਾ ਲੁੱਡੀ ਸੰਮੀ ਝੂਮਰ ਗਿੱਧਾ ਤਾਂ ਜੀ ਇਹਦਾ ਸਹੀ ਉੱਤਰ ਆਊਗਾ ਸੰਮੀ ਸੰਮੀ ਜੋ ਹੈ ਉਹ ਵੀ ਇੱਕ ਲੋਕ ਨਾਚ ਹੈ ਸੰਮੀ ਨਾਮਕ ਕੁੜੀ ਦੇ ਵਾਰ-ਵਾਰ ਨੱਚ ਨੱਚਣ ਕਾਰਨ ਕਿ ਇਸ ਨਾਚ ਦਾ ਨਾਂ ਪੈ ਗਿਆ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਊੜਾਊਗਾ ਸੰਮੀ ਸੰਮੀ ਕਿਸ ਦੇ ਵਿయోగ ਵਿੱਚ ਨੱਚ-ਨੱਚ ਕੇ ਫਾਵੀ ਹੋ ਜਾਂਦੀ ਹੈ ਗੱਭਰੂ ਪੀਤਾ ਦੇ ਬਰਾ ਦੇ ਟੋਲੇ ਦੇ ਤਾਂ ਜੀ ਇਹਦਾ ਸਹੀ ਉੱਤਰ ਜੋ ਹੈ ਉਹ ਹੈ ਟੋਲੇ ਦੇ ਅਗਲਾ ਪ੍ਰਸ਼ਨ ਹੈ ਜੀ ਸੰਮੀ ਲੋਕ ਨਾਚ ਕਾਦੇ ਹਿਲੋਰੀਆਂ ਤੇ ਆਧਾਰਿਤ ਹੈ ਤਾਂ ਜੀ ਸੰਮੀ ਲੋਕ ਨਾਚ ਜੋ ਹੈ ਉਹ ਬਾਹਾਂ ਦੇ ਹਿਲੋਰੀਆਂ ਤੇ ਆਧਾਰਿਤ ਹੁੰਦਾ ਬਾਹਾਂ ਦੀਆਂ ਇਹਦੇ ਵਿੱਚ ਜ਼ਿਆਦਾ ਜੋ ਨੇ ਮੁਦਰਾਵਾਂ ਕੀਤੀਆਂ ਜਾਂਦੀਆਂ ਨੇ ਕਿਸ ਲੋਕ ਨਾਚ ਦੀ ਨਮਸਕਾਰ ਹੈ ਸਲਾਮੀ ਮੁਦਰਾ ਕਮਾਲ ਦੀ ਹੁੰਦੀ ਹੈ ਗਿੱਧੇ ਦੀ ਲੁੱਡੀ ਦੀ ਸੰਮੀ ਦੀ ਪੰਗੜੀ ਦੀ ਤਾਂ ਜੀ ਇਹਦਾ ਸਹੀ ਉੱਤਰ ਹੈ ਸੰਮੀ ਦੀ ਕਿਕਲੀ ਜਾਂ ਕਿਰਕਲੀ ਤੋਂ ਭਾਵ ਕਿਹੜੀ ਆਵਾਜ਼ ਹੈ ਗਮ ਤੇ ਉਦਾਸੀ ਭਰਪੂਰ ਖੁਸ਼ੀ ਤੇ ਚਾਹ ਭਰਪੂਰ ਚਿੰਤਾ ਤੇ ਫਿਕਰ ਭਰਪੂਰ ਰੋਣ ਅਤੇ ਗੁਰਲੋਣ ਭਰਪੂਰ ਤਾਂ ਜੀ ਇਹਦਾ ਸਹੀ ਉੱਤਰ ਹੈ ਖੁਸ਼ੀ ਤੇ ਚਾਹ ਭਰਪੂਰ ਤੀਬਰ ਗਤੀ ਦਾ ਜੁੱਟ ਨਾਚ ਕਿਹੜਾ ਹੈ ਤਾਂ ਤੀਬਰ ਗਤੀ ਦਾ ਜੁੱਟ ਨਾਚ ਦੀ ਅਗਰ ਆਪਾਂ ਗੱਲ ਕਰੀਏ ਤਾਂ ਜੀ ਇਹ ਕਿਕਲੀ ਹੀ ਹੁੰਦਾ ਕਿਉਂਕਿ ਉਹਦੀ ਗਤੀ ਜੋ ਹੈ ਬਹੁਤ ਤੇਜ਼ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਜੀ ਪੁਰਾਤਨ ਗ੍ਰੰਥਾਂ ਵਿੱਚ ਕਿਸ ਨਾਚ ਦਾ ਨਾਂ ਜੋ ਹੈ ਹੱਲੀ ਸੰਸੀ ਤਾਂ ਇਹਦਾ ਸਹੀ ਉੱਤਰ ਜੋ ਹੈ ਜੀ ਪੰਗੜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕਨਾਚ ਕਿਹੜਾ ਹੈ ਪੰਗੜਾ ਪੱਛਮੀ ਪੰਜਾਬ ਦੇ ਸੰਦਲਬਾਰ ਦੇ ਲੋਕਾਂ ਦਾ ਪ੍ਰਸਿੱਧ ਲੋਕਨਾਚ ਕਿਹੜਾ ਹੈ ਤਾਂ ਜੀ ਇਹਦਾ ਉੱਤਰ ਜੋ ਹੈ ਝੂਮਰ ਝੂਮਰ ਦਾ ਨਾਚ ਝੂਮਰ ਕਿਉਂ ਪਿਆ ਹਿਲ-ਹਿਲ ਕੇ ਨਚਣ ਕਾਰਨ ਛਾਲਾ ਮਾਰ ਕੇ ਨਚਣ ਕਾਰਨ ਝੂਮ-ਝੂਮ ਕੇ ਨਚਣ ਕਾਰਨ ਆ ਝੁਕ-ਝੁਕ ਕੇ ਨਚਣ ਕਾਰਨ ਤਾਂ ਜੀ ਇਹਦਾ ਸਹੀ ਉੱਤਰ ਹੈ ਈੜੀ ਮ ਚੂਮਕੇ ਨਚਨ ਗਾਰ ਮਰਦਾਦਾ ਗਿੱੱਦਾ ਪੂਰਬੀ ਪੰਜਾਬ ਦੇ ਕਿਸ ਭੂ ਖੰਡ ਵਿੱਚ ਪ੍ਰਚਲਿਤ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਐਡਾ ਮਾਲਵੇ ਵਿੱਚ ਕਿਸ ਲੋਕਨਾਚ ਵਿੱਚ ਨਾਚ ਵਰਗੀਆਂ ਪੁਤਰਾਵਾ ਘਟ ਦੇ ਬੋਲੀਆਂ ਦੀ ਪਰਮਾਰ ਵਧੇਰੇ ਹੁੰਦੀ ਹੈ ਤਾਂ ਜੀ ਅਗਰ ਆਪਾਂ ਇਹ ਦੇਖੀਏ ਤਾਂ ਇਤਮਾਲ ਨਾਚ ਵਿੱਚ ਹੁੰਦਾ ਹੈ ਇਹਦਾ ਉਸ ਤੋਂ ਬਾਅਦ ਜੀ ਨਕਲਾ ਕਿਸ ਦੀ ਨਾਟਕ ਵਿਦਾ ਹੈ ਇਕਾਂਗੀ ਦੀ ਲੋਕਨਾਟ ਦੀ ਨਾਟਕ ਦੀ ਜਾਂ ਫਿਰ ਵਾਰਤਾਲਾਪ ਦੀ ਤਾਂ ਇਹਦਾ ਸਹੀ ਉੱਤਰ ਹੈ ਲੋਕਨਾਟ ਦੀ ਪੰਡ ਪੰਡੋਤੀ ਕਿਸ ਨੂੰ ਆਖਦੇ ਨੇ ਤਾਂ ਪੰਡ ਪੰਡੋਤੀ ਆਖਦੇ ਨੇ ਜੀ ਨਕਲਾ ਨੂੰ ਨਕਲਾ ਨੂੰ ਕਿਸ ਨੇ ਕਲਮਬੱਧ ਕੀਤਾ ਤਾਂ ਇਹਦਾ ਸਹੀ ਉੱਤਰ ਜੀ ਆਏਗਾ ਖੋਜਾਰਥੀਆਂ ਨੇ ਅਗਲਾ ਪ੍ਰਸ਼ਨ ਹੈ ਜੀ ਨਕਲਾ ਸਮੇ ਦੇ ਪ੍ਰਸੰਗ ਵਿੱਚ ਕੀ ਰਹਿੰਦੀਆਂ ਨੇ ਤਾਂ ਨਕਲਾ ਜੋ ਨੇ ਸਮੇ ਦੇ ਪ੍ਰਸੰਗ ਵਿੱਚ ਕਿਰਿਆਸ਼ੀਲ ਰਹਿੰਦੀਆਂ ਨੇ ਸਮਾਸਥਾਨ ਤੇ ਪ੍ਰਸੰਗ ਬਦਲਣ ਨਾਲ ਨਕਲਾ ਦੀ ਕੀ ਘਟਵੱਧ ਹੁੰਦੀ ਰਹਿੰਦੀ ਹੈ ਤਾਂ ਜੀ ਇਹਦਾ ਸਹੀ ਉੱਤਰ ਆਏਗਾ ਸਾਰਥਕਤਾ ਰੂਪ ਦੇ ਪਖ ਤੋਂ ਨਗਲਾ ਕਿੰਨੇ ਕਿਸਮ ਦੀਆਂ ਹੁੰਦੀਆਂ ਨੇ ਤਾਂ ਇਹਦਾ ਸਹੀ ਉੱਤਰ ਆਏਗਾ ਜੀ 2 ਨਕੀਆਂ ਨਕਲਾਂ ਦਾ ਅੰਤ ਕਿਵੇਂ ਫਟਦਾ ਹੈ ਤਾਂ ਇਹਦਾ ਸਹੀ ਉੱਤਰ ਜੀ ਆਏਗਾ ਪਟਾਕੇ ਵਾਂਗ ਸ਼ਬਦਾਂ ਦੇ ਮਹਿਲ ਕੌਣ ਉਜ਼ਾਰਦਾ ਹੈ ਤਾਂ ਜੀ ਇਹਦਾ ਸਹੀ ਉੱਤਰ ਆਏਗਾ ਐੜਾ ਰੰਗਾ ਰੰਗਾ ਲੰਮੀ ਨਕਲ ਦਾ ਕੀ ਹੁੰਦਾ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਨਿਰਦੇਸ਼ਕ ਲੰਮੀਆ ਨਕਲਾ ਖੇਡਣ ਲਈ ਲਗਭਗ ਕਿੰਨੇ ਕਲਾਕਾਰ ਹੁੰਦੇ ਨੇ ਤਾਂ ਲੰਮੀਆ ਨਕਲਾ ਖੇਡਣ ਦੇ ਲਈ ਲਗਭਗ 10 ਤੋਂ 15 ਕਲਾਕਾਰ ਹੁੰਦੇ ਨੇ ਇਹਦਾ ਮੈਨੂੰ ਇਹੀ ਉੱਤਰ ਲੱਗਦਾ ਬਾਕੀ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰ ਲਿਓ ਕਿਸ ਦੀ ਸ਼ਕਲ ਵੇਖ ਕੇ ਹੀ ਹਾਸਾ ਆ ਜਾਂਦਾ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਬਿਗਲੇ ਦੀ ਨਕਲੀਏ ਦੀ ਸੰਬੋਧਨ ਸ਼ੈਲੀ ਕਿਹਾ ਜਾਈ ਹੁੰਦੀ ਹੈ ਤਾਂ ਇਹਦਾ ਸਹੀ ਉੱਤਰ ਹੈ ਜੀ ਘੱਟ ਸ਼ਬਦ ਦੀ ਅਗਲਾ ਪ੍ਰਸ਼ਨ ਹੈ ਜੀ ਕਿਸ ਪੱਖ ਤੋਂ ਨਕਲਾ ਸਮੂਹਿਕ ਤੇ ਖੁੱਲੇ ਚਲਿਤਰ ਦੀਆਂ ਧਾਰਨੀ ਹਨ ਰੂਪਕ ਪੱਖ ਤੋਂ ਨਗਲਾ ਖੇਡਾ ਲਈ ਕਿੰਨੇ ਪ੍ਰਕਾਰ ਦਾ ਪੇੜ ਵਰਤਿਆ ਜਾਂਦਾ ਹੈ ਤਿੰਨ ਪ੍ਰਕਾਰ ਦਾ ਹੁੰਦਾ ਜਮਨ ਤੇ ਅਖਾੜਾ ਕਿੱਥੇ ਲੱਗਦਾ ਹੈ ਤਾਜੀ ਇਹਦਾ ਸਹੀ ਉੱਤਰ ਆਏਗਾ ਘਰ ਦੇ ਵਿਰੇ ਵਿੱਚ ਅੱਜ ਵੀ ਜਦੋਂ ਕਿਤੇ ਨਕਲਾਂ ਪੈਂਦੀਆਂ ਹਨ ਤਾਂ ਲੋਕ ਇਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹਨ ਤਾਂ ਜੀ ਲੋਕ ਇਹਨਾਂ ਨੂੰ ਬੜੀ ਦਿਲਚਸਪੀ ਨਾਲ ਵੇਖਦੇ ਨੇ ਪੰਜਾਬੀ ਸੱਭਿਆਚਾਰਕ ਪਰਵਰਤਨ ਲੇਖ ਕਿਸ ਦਾ ਲਿਖਿਆ ਹੋਇਆ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਦਾ ਪੰਜਾਬੀ ਸੱਭਿਆਚਾਰ ਦੇ مرد ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਹੈ ਤਾਂ ਜੀ ਇਹ ਵੈਸੇ ਕਹਿੰਦੀਆਂ ਗੱਲਾਂ ਨੇ ਜਿਵੇਂ ਇਹ ਪੁਰਾਣੇ ਟਾਈਮਾਂ ਦੇ ਅਕੋਰਡਿੰਗ ਇਹ ਕਹਾਵਤਾਂ ਬਣ ਗਈਆਂ ਤਾਂ ਇਹਦਾ ਸਹੀ ਉੱਤਰ ਪੈਰ ਦੀ ਚੁੱਤੀ ਆ ਇਹ ਨਵੀਂ ਪੀੜੀ ਕਿਹੜੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਤਾਂ ਜੀ ਨਵੀਂ ਪੀੜੀ ਜੋ ਹੈ ਉਹ ਸੰਚਾਰ ਦੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਸਾਰੇ ਹੀ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਬਟ ਨਵੀਂ ਪੀੜੀ ਅਗਰ ਆਪਾਂ ਉਹਨਾਂ ਨੇ ਪੁੱਛਿਆ ਤਾਂ ਸੰਚਾਰ ਦੇ ਸਾਧਨਾਂ ਦੀ ਲਿਖਾਂਗੇ ਕਿਹੜੀ ਭਾਸ਼ਾ ਹੈ ਜਿਹੜੀ ਸੱਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ ਹੈ ਤਾਂ ਜੀ ਇਹਦਾ ਸਹੀ ਉੱਤਰ ਹੈ ਅੰਗਰੇਜ਼ੀ ਭਾਰਤੀ ਪੰਜਾਬ ਵਿੱਚ ਪੰਜਾਬੀ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਤਾਂ ਜੀ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ ਸ਼ਾਹਮੁਖੀ ਦੇ ਵਿੱਚ ਜੋ ਹੈ ਇਹ ਪਾਕਿਸਤਾਨ ਇਹ ਲਾਹੌਰ ਦੇ ਵਿੱਚ ਲਿਖੀ ਜਾਂਦੀ ਹੈ ਤੇ ਦੇਵਨਾਗਰੀ ਜੋ ਹੈ ਉਹ ਹਿੰਦੀ ਦੀ ਲਿਪੀ ਹੈ ਠੀਕ ਹੈ ਜੀ ਆਪਣੇ ਪੰਜਾਬ ਦੇ ਵਿੱਚ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਹੈ ਪੰਜਾਬੀ ਪਹਿਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਮਾਸ ਪਕਾਉਣ ਦੇ ਬਹੁਤੇ ਤਰੀਕੇ ਕਿਹੜੇ ਹਮਲਾਵਰਾਂ ਨਾਲ ਆਏ ਤਾਂ ਜੀ ਇਹਦਾ ਸਹੀ ਉੱਤਰ ਹੈ ਮੁਗਲਾਂ ਦੇ ਟੋਕਲਾ ਕਿਸ ਪ੍ਰਾਂਤ ਨਾਲ ਸੰਬੰਧਿਤ ਹੈ ਤਾਂ ਜੀ ਟੋਕਲਾ ਜੋ ਹੈ ਉਹ ਇੱਕ ਗੁਜਰਾਤੀ ਡਿਸ਼ ਹੈ ਤਾਂ ਗੁਜਰਾਤ ਇਹਦਾ ਸਹੀ ਉੱਤਰ ਹੈ ਮੱਕੀ ਦੀ ਰੋਟੀ ਤੇ ਸਾਕ ਇਥੋਂ ਦਾ ਰਵਾਇਤੀ ਖਾਣਾ ਹੈ ਤਾਂ ਜੀ ਪੰਜਾਬ ਦਾ ਪੰਜਾਬੀ ਸੱਭਿਆਚਾਰ ਦਾ ਵੱਡਾ ਤੱਤ ਹੈ ਤਾਂ ਜੀ ਸ਼ਰਾਬ ਮਤਲਬ ਕੋਈ ਵੀ ਨਸ਼ਾ ਹੈ ਤਾਂ ਇਥੇ ਸਹੀ ਉੱਤਰ ਆਏਗਾ ਉਹਦਾ ਸਾਡੇ ਮਿਲਨ ਜੁਲਨ ਦੇ ਮੌਕੇ ਕਿਉਂ ਘਟ ਹੋ ਰਹੇ ਨੇ ਤਾਂ ਜੀ ਸਮਾਨਾ ਮਿਲਨ ਕਾਰਨ ਕੰਮਵੰਦਨ ਕਾਰਨ ਵੀਜੇ ਦੀਆਂ ਬੰਦਸ਼ਾਂ ਕਾਰਨ ਤਾਂ ਜੀ ਇਹਦਾ ਸਹੀ ਉੱਤਰ ਆਏਗਾ 139 ਦਾ ਕੰਮ ਵਧਨ ਕਰ ਚਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਚਪਾਰ ਨਾਮ ਦਾ ਪਿੰਡ ਜੋ ਹੈ ਲੁਧਿਆਣੇ ਦੇ ਲਾਗੇ ਹੈ ਸੋ ਲੁਧਿਆਣੇ ਵਿੱਚ ਲੱਗਦਾ ਹੈ ਉਸ ਤੋਂ ਬਾਅਦ ਜੀ ਅਗਲਾ ਕੁਐਸਚਨ ਹੈ ਬੈੜੀਏ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਬੈੜੀਏ ਦਾ ਮੇਲਾ ਜੋ ਹੈ ਜੀ ਇਹ ਕਿਹਾ ਜਾਂਦਾ ਹੈ ਜਰਗ ਦੇ ਮੇਲੇ ਨੂੰ ਤੇ ਕੁਝ ਲੋਕ ਇਹਨੂੰ ਬਸੜੀਏ ਦਾ ਮੇਲਾ ਵੀ ਆਖਦੇ ਨੇ ਠੀਕ ਹੈ ਜੀ ਸੋ ਦੋਨੋਂ ਹੀ ਸਹੀ ਵਰਡ ਨੇ ਸੋ ਇਹ ਸੀਗੇ ਜੀ 142 ਕੁਐਸ਼ਚਨਸ ਇਸ ਤੋਂ ਪਹਿਲਾਂ ਆਪਾਂ 50 ਕੁਐਸ਼ਚਨ ਦੂਜੀ ਵੀਡੀਓ ਦੇ ਵਿੱਚ ਕੀਤੇ ਸੀ ਸੋ ਬਹੁਤ ਤੇਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਤੁਹਾਡਾ ਟਾਈਮ ਜੋ ਹੈ ਜ਼ਿਆਦਾ ਨਾ ਲੱਗੇ ਵੀਡੀਓ ਦੇਖਣ ਦੇ ਵਿੱਚ ਠੀਕ ਹੈ ਜੀ ਸੋ ਆਈ ਹੋਪ ਕਿ ਇਹਨਾਂ ਦੇ ਵਿੱਚ ਤੁਹਾਨੂੰ ਕੱਲ ਕੋਈ ਨਾ ਕੋਈ ਕੁਐਸ਼ਚਨ ਜ਼ਰੂਰ ਪੁੱਛੇ ਜਾਣਗੇ ਤੇ ਸਭ ਦਾ ਹੀ ਐਗਜ਼ਾਮ ਬਹੁਤ ਵਧੀਆ ਹੋਵੇ ਤੇ ਸਾਰਿਆਂ ਨੂੰ ਬੈਸਟ ਆਫ ਲੱਕ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਅੱਗੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਜੀ ਬੈਲ ਬਟਨ ਜ਼ਰੂਰ ਪ੍ਰੈਸ ਕਰ ਲਿਓ ਸੋਚੀ ਥੈਂਕ ਯੂ ਥੈਂਕਸ ਫॉर ਵਾਚਿੰਗ